ਇਹ ਅੱਜ ਸ੍ਰੀ ਆਪਣੇ ਮਾਨਯੋਗ ਨਗਰ ਨਿਗਮ ਕਮਿਸ਼ਨਰ ਜੀ ਦੇ ਹੁਕਮਾਂ ਦੇ ਮੁਤਾਬਕ ਕੀਤੀ ਗਈ ਹੈ ਜੀ। ਤਿਉਹਾਰੀ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੀ ਕਾਰਵਾਈ ਕੀਤੀ ਗਈ ਤਾਂ ਕਿ ਜਿਹੜੇ ਲੋਕ ਆਪਣਾ ਸਮਾਨ ਅੰਦਰ ਰੱਖਣ। ਅੱਜ ਇਹਨਾਂ ਨੂੰ ਸਿਰਫ ਵਾਰਨਿੰਗ ਦਿੱਤੀ ਹੈ ਵੀ ਆਪਣਾ ਆਪਣਾ ਸਮਾਨ ਅੰਦਰ ਰੱਖੋ, ਜੇਕਰ ਨਹੀਂ ਕਰਦੇ ਤਾਂ ਉਸ ਤੋਂ ਬਾਅਦ ਜਿਹੜਾ ਸਮਾਨ ਆ ਪੱਕੇ ਤੌਰ 'ਤੇ ਜ਼ਬਤ ਕੀਤਾ ਜਾਊਗਾ। ਸਰ, ਕਈ ਵਾਰ ਇਸ ਚੀਜ਼ ਦੇ ਉੱਤੇ ਤੁਸੀਂ ਕਾਰਵਾਈ ਕਰ ਚੁੱਕੇ ਹੋ, ਲੇਕਿਨ ਤੁਸੀਂ ਤੁਹਾਡੀ ਟੀਮ ਵਾਪਸ ਜਾਂਦੀ ਹੈ ਔਰ ਕੁਛ ਹੀ ਸਮੇਂ ਬਾਅਦ ਜਾਂ ਅੱਧੇ ਘੰਟੇ ਬਾਅਦ ਜਾਂ ਘੰਟੇ ਬਾਅਦ ਸਮਾਨ ਦੁਬਾਰਾ ਐਦ ਤੀਸਰੇ ਜਿਹੜਾ ਸੜਕਾਂ 'ਤੇ ਆ ਜਾਂਦਾ। ਇਹ ਜਿਹੜੀ ਸਾਡੀ ਕਾਰਵਾਈ ਨਾ ਹੁਣ ਜਿਹੜੀ ਇਹ ਲਗਾਤਾਰ ਤਾਂ ਚੱਲਦੀ ਰਹਿਣੀ ਹੈ, ਸਾਡਾ ਤਕਰੀਬਨ ਰੋਜ਼ ਹੀ ਗੇੜਾ ਲੱਗਣਾ ਵਾ। ਜਿਹੜਾ ਨਹੀਂ ਹਟੇਗਾ ਫਿਰ ਉਹ ਆਪਣੇ ਆਪ ਜ਼ਿੰਮੇਵਾਰ ਹੋਊਗਾ। ਕਿੰਨਾ ਜੁਰਮਾਨਾ ਕੀਤਾ ਜਾਏਗਾ ਅਗਰ ਨਹੀਂ ਕਿਸੇ ਵੀ ਦੁਕਾਨ? ਸਾਡਾ ਵੈਸੇ ਰੋਜ਼ ਦਾ ਕੰਮ ਹੈ, ਤਾਂ ਆਪਣੀ ਕਾਰਵਾਈ ਸਾਡੀ ਲਗਾਤਾਰ ਚੱਲਦੀ ਰਹਿੰਦੀ ਹੈ।